ਅੱਜ ਮੈਂ ਤੁਹਾਡੇ ਨਾਲ ਇੱਕ ਰੀਅਲ ਇਨਸੀਡੈਂਟ ਡਿਸਕਸ ਕਰਨਾ ਬਹੁਤ ਇੰਪੋਰਟੈਂਟ ਹੈ ਇੰਟਰਸਟਿੰਗ ਵੀ ਹੈ ਸ਼ਾਇਦ ਕਾਫੀ ਜਣਾਂ ਨੂੰ ਫਨੀ ਲੱਗੂਗਾ ਪਰ ਇਹ ਫਨੀ ਨਹੀਂ ਹੈ ਜੀ ਬਹੁਤ ਜ਼ਿਆਦਾ ਸੀਰੀਅਸ ਮਸਲਾ ਹੈ ਜਿਹੜਾ ਆਪਣੇ ਸਾਰਿਆਂ ਦੇ ਲਈ ਫਾਇਦੇਮੰਦ ਹੋਊਗਾ ਇੰਪੋਰਟੈਂਟ ਮੈਸੇਜ ਹੈ ਇੱਕ ਛੋਟੀ ਜੀ ਕਹਾਣੀ ਦੇ ਵਿੱਚ ਤਕਰੀਬਨ ਸਵਾ ਸਾਲ ਡੇਢ ਸਾਲ ਪਹਿਲਾਂ ਮੇਰੇ ਕੋਲੇ ਕੋਈ ਬੰਦਾ ਆਇਆ ਆਪਣੇ ਮਸਲੇ ਨੂੰ ਲੈ ਕੇ ਕਿ ਮੇਰੇ ਵਿਆਹ ਨੂੰ ਤਿੰਨ ਚਾਰ ਕਿ ਮਹੀਨੇ ਹੋਏ ਨੇ ਬੰਦਾ ਕਹਿੰਦਾ ਪਰ ਜਿਹੜੀ ਉਹਦੀ ਘਰ ਵਾਲੀ ਸੀ ਉਹਦਾ ਬਿਹੇਵੀਅਰ ਬਹੁਤ ਜ਼ਿਆਦਾ ਮਾੜਾ ਸੀ ਕਹਿੰਦਾ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੀ ਹੈ ਜਦ ਵੀ ਕਿਤੇ ਮੈਂ ਲੇਟ ਆਉਣਾ ਜਾਂ ਜੇ ਮੈਂ ਕਿਤੇ ਕੰਮ ਤੋਂ ਬਾਹਰੋਂ ਆਉਣਾ ਤਾਂ ਮੇਰੇ ਤੇ ਸ਼ੱਕ ਕਰਦੀ ਹੈ ਕਿ ਤੂੰ ਕਿਸੇ ਹੋਰ ਨੂੰ ਮਿਲਣ ਗਿਆ ਸੀ ਕਿਸੇ ਕੁੜੀ ਨਾਲ ਤੇਰਾ ਚੱਕਰ ਹੈ ਤੇ ਮੈਂ ਕੁਛ ਜ਼ਹਿਰ ਖਾ ਕੇ ਮਰ ਜੂੰਗੀ ਤੈਨੂੰ ਵੀ ਫਸਾਉਂਗੀ ਤੇ ਤੇਰੀ ਮਦਰ ਨੂੰ ਵੀ ਫਸਾ ਦੂੰਗੀ ਕਹਿੰਦਾ ਮੈਨੂੰ ਡਰ ਲੱਗਦਾ ਹੈ ਕਿ ਕਿਤੇ ਮੇਰੇ ਤੇ ਕੋਈ ਝੂਠਾ ਪਰਚਾ ਕਰਾ ਕੇ ਮੈਨੂੰ ਜੇਲ੍ਹ ਨਾ ਭੇਜ ਦੇਵੇ ਮੈਂ ਕੀ ਕਰਾਂ ਆਪਣੇ ਬਚਾ ਲਈ ਤਾਂ ਮੈਂ ਐਜ਼ ਅ ਵਕੀਲ ਜੋ ਉਹਨੂੰ ਇੱਕ ਲੀਗਲ ਸਲਾਹ ਦੇ ਸਕਦਾ ਸੀ ਕੁਝ ਦੋ ਚਾਰ ਚੀਜ਼ਾਂ ਉਹਨੂੰ ਮੈਂ ਦੱਸੀਆਂ ਤੇ ਸੁਣ ਕੇ ਚਲਾ ਗਿਆ ਕਿ ਠੀਕ ਹੈ ਜੀ ਮੈਂ ਤਾਂ ਇਹ ਫਾਲੋ ਕਰਾਂਗਾ ਇਸ ਚੀਜ਼ ਨੂੰ ਪਰ ਤਕਰੀਬਨ ਅ ਇਸ ਗੱਲ ਤੋਂ ਤਕਰੀਬਨ 1.2 ਮਹੀਨੇ ਬਾਅਦ ਉਹ ਮੇਰੇ ਕੋਲ ਫੇਰ ਆਇਆ ਦੋ ਕੁ ਮਹੀਨੇ ਬਾਅਦ ਆ ਕੇ ਮੈਨੂੰ ਨੇ ਕਿਹਾ ਕਿ ਮਸਲਾ ਸਰ ਕੋਈ ਹੋਰ ਹੀ ਨਿਕਲ ਆਇਆ ਵਿੱਚੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕੀ ਹੋਇਆ ਬੈਠ ਕੇ ਫਿਰ ਉਹਨੇ ਕਹਾਣੀ ਦੱਸੀ ਕਹਿੰਦਾ ਮੇਰੇ ਅ ਮੇਰਾ ਜਿਹੜਾ ਵਿਆਹ ਹੋਇਆ ਸੀ ਕੁੜੀ ਨਾਲ ਉਹਦੇ ਨਾਲ ਮੇਰਾ ਦੂਜਾ ਵਿਆਹ ਸੀ ਕੁੜੀ ਨੇ ਮੈਨੂੰ ਪਹਿਲਾਂ ਦੱਸਿਆ ਸੀਗਾ ਕਿ ਜਿਹੜਾ ਉਹਦਾ ਪਹਿਲਾ ਘਰ ਵਾਲਾ ਸੀ ਉਹਦੀ ਡੈਥ ਹੋ ਗਈ ਸੀ ਹਫਤੇ ਵਿਆਹ ਤੋਂ ਹਫਤੇ ਬਾਅਦ ਉਹਦੀ ਮੁੰਡੇ ਦੀ ਡੈਥ ਹੋ ਗਈ ਤੇ ਕੁੜੀ ਦਾ ਦੂਜਾ ਵੈਸੇ ਪਰ ਮੁੰਡੇ ਦਾ ਉਹ ਪਹਿਲਾ ਹੀ ਵਿਆਹ ਸੀਗਾ ਮੁੰਡਾ ਕਹਿੰਦਾ ਮੈਨੂੰ ਕੋਈ ਇਸ਼ੂ ਨਹੀਂ ਸੀਗਾ ਇਸ ਚੀਜ਼ ਨਾਲ ਕਿ ਚਲੋ ਕੋਈ ਗੱਲ ਨਹੀਂ ਪਰਮਾਤਮਾ ਨੂੰ ਜੋ ਮਨਜ਼ੂਰ ਘਰ ਵਾਲੇ ਦੀ ਡੈਥ ਹੋ ਗਈ ਤੇ ਕੋਈ ਚੱਕਰ ਨਹੀਂ ਅਸੀਂ ਕਹਿੰਦਾ ਦੋਨਾਂ ਜਣਾਂ ਨੇ ਵਿਆਹ ਕਰਵਾ ਲਿਆ ਫੈਮਿਲੀ ਦੀ ਮਰਜ਼ੀ ਦੇ ਨਾਲ ਮੈਨੂੰ ਕਹਿੰਦਾ ਵਿਆਹ ਦੇ ਵਿੱਚ ਕੁਝ ਘਰ ਦਾ ਜੋ ਫਰਨੀਚਰ ਦਾ ਸਮਾਨ ਸੀ ਉਹ ਵੀ ਆਇਆ ਇੱਕ ਮੋਟਰਸਾਈਕਲ ਵੀ ਆਇਆ ਬਾਈਕ ਸੀਗਾ ਉਹਦੇ ਕੋਲ ਕਹਿੰਦਾ ਉਹ ਵੀ ਆਇਆ ਪਰ ਉਹ ਮੋਟਰਸਾਈਕਲ ਪਹਿਲਾਂ ਵਾਲੇ ਘਰ ਵਾਲਿਆਂ ਨੇ ਉਹਨਾਂ ਨੇ ਦਿੱਤਾ ਸੀ ਤੇ ਜਦੋਂ ਪਹਿਲਾਂ ਵਾਲੇ ਘਰ ਵਾਲੇ ਦੀ ਡੈਥ ਹੋ ਗਈ ਉਹ ਸਾਰੀ ਫੈਮਿਲੀ ਤੋਂ ਇਹਨਾਂ ਸਮਾਨ ਸਮੋਨ ਵੀ ਚੱਕ ਲਈ ਕੁੜੀ ਤੇ ਉੱਥੋਂ ਸਾਰਾ ਰਿਲੇਸ਼ਨ ਉਹਨੇ ਖਤਮ ਕਰਤਾ ਤੇ ਸਾਰਾ ਸਮਾਨ ਵੀ ਕਹਿੰਦਾ ਉਹੀ ਪਹਿਲਾਂ ਵਾਲਾ ਸਮਾਨ ਮੈਨੂੰ ਦੇਤਾ ਹੋਣੇ ਕਹਿੰਦਾ ਇੱਕ ਦਿਨ ਸਾਡੇ ਕੁਝ ਰਿਸ਼ਤੇਦਾਰ ਘਰੇ ਆਏ ਸਾਡੇ ਦੂਰ ਦੇ ਕੋਈ ਰਿਸ਼ਤੇਦਾਰ ਸੀਗੇ ਕਹਿੰਦਾ ਉਹ ਰਿਸ਼ਤੇਦਾਰਾਂ ਨੇ ਮੋਟਰਸਾਈਕਲ ਨੂੰ ਦੇਖ ਕੇ ਕਿਹਾ ਕਿ ਇਹ ਜਿਹੜਾ ਮੋਟਰਸਾਈਕਲ ਹੈ ਅਸੀਂ ਫਲਾਣੇ ਪਿੰਡ ਕਿਸੇ ਫਲਾਣੇ ਬੰਦੇ ਦੇ ਕੋਲ ਦੇਖਿਆ ਕਹਿੰਦਾ ਮੈਂ ਉਹਨਾਂ ਨੂੰ ਕਹਿ ਬਈ ਹਾਂ ਉਹ ਬੰਦੇ ਦੀ ਡੈਥ ਹੋ ਗਈ ਤੇ ਜਿਹੜੀ ਉਹਦੀ ਘਰਵਾਲੀ ਸੀਗੀ ਵਿਧਵਾ ਹੋਈ ਤੇ ਉਹਨੇ ਹੁਣ ਮੇਰੇ ਨਾਲ ਵਿਆਹ ਕਰਵਾ ਲਿਆ ਤਾਂ ਉਹ ਸਮਾਨ ਵੀ ਸਾਰਾ ਮੇਰੇ ਕੋਲ ਲੈ ਆਈ ਤਾਂ ਕਹਿੰਦਾ ਕਹਿੰਦਾ ਉਹ ਰਿਸ਼ਤੇਦਾਰ ਬੜੇ ਹੈਰਾਨ ਹੋਏ ਉਹਨਾਂ ਨੇ ਕਿਹਾ ਕਿ ਨਹੀਂ ਉਹ ਬੰਦਾ ਮਰਿਆ ਨਹੀਂ ਉਹ ਬੰਦਾ ਜਿਉਂਦਾ ਉਹ ਤਾਂ ਐਡਪ੍ਰੈਜ਼ੈਂਟ ਜੌਬ ਕਰਦਾ ਕਹਿੰਦਾ ਮੈਨੂੰ ਬੜੀ ਹੈਰਾਨੀ ਹੋਈ ਇਹ ਚੀਜ਼ ਸੁਣ ਕੇ ਬਈ ਇਹ ਕੀ ਗੱਲ ਬਣੀ ਕਹਿੰਦਾ ਮੈਂ ਜਿਹੜਾ ਪਿੰਡ ਉਹਨਾਂ ਨੇ ਦੱਸਿਆ ਸੀਗਾ ਕਿ ਫਲਾਣੇ ਜਗਾ ਦਾ ਇਹ ਬੰਦਾ ਕਹਿੰਦਾ ਮੈਂ ਪਿੰਡ ਗਿਆ ਪਤਾ ਕੀਤਾ ਤਬ ਵਾਕਈ ਬੰਦਾ ਕਹਿੰਦਾ ਜਿਉਂਦਾ ਉਹ ਉਹ ਬੰਦੇ ਨੂੰ ਕਹਿੰਦਾ ਮੈਂ ਮਿਲਿਆ ਉਹਨੂੰ ਮੈਂ ਬੰਦੇ ਨੂੰ ਮਿਲ ਕੇ ਪੁੱਛਿਆ ਕਿ ਤੇਰਾ ਪਹਿਲਾ ਵਿਆਹ ਹੋਇਆ ਸੀ ਕਹਿੰਦਾ ਉਹਨੇ ਸਾਰੀ ਸਟੋਰੀ ਮੈਨੂੰ ਦੱਸੀ ਜੋ ਕਹਿੰਦਾ ਮੇਰੇ ਨਾਲ ਵਾਪਰ ਰਿਹਾ ਪਿਛਲੇ 3-4 ਮਹੀਨੇ ਤੋਂ ਮੇਰੇ ਨਾਲ ਗਾਲੀ-ਗਲੋਚ ਹੋ ਰਿਆ ਇਹੀ ਸੇਮ ਚੀਜ਼ ਉਹ ਬੰਦੇ ਨਾਲ ਵੀ ਹੋਈ ਸੀ ਤੇ ਉਹ ਬੰਦੇ ਨੇ ਆਪ ਦਾ ਖਿਹੜਾ ਛਡਵਾਇਆ ਸੀ ਇਸ ਲੇਡੀ ਨੂੰ 7 ਪਤਨੀ 8 ਲੱਖ ਰੁਪਇਆ ਕੁਝ ਦੇ ਕੇ ਸਮਝੌਤਾ ਕਰਕੇ ਛੜਛਡਈਆ ਕਰਵਾ ਲਿਆ ਪਰ ਕਹਿੰਦਾ ਮੈਨੂੰ ਇਹਨੇ ਦੱਸਿਆ ਕਿ ਪਹਿਲੇ ਘਰ ਵਾਲਾ ਮਰ ਗਿਆ ਕਹਿੰਦਾ ਹੁਣ ਮੈਂ ਕੀ ਕਰਾਂ ਮੈਂ ਉਹਨੂੰ ਜੋ ਇੱਕ ਲੀਗਲ ਸੀਗਾ ਸਲਾਹਾਂ ਕਿ ਤੋਂ ਐਸਐਸਪੀ ਆਫਿਸ ਜਾਂ ਫਲਾਣੇ ਜਗ੍ਹਾ ਤੇ ਤੂੰ ਦਰਖਾਸਤ ਦੇ ਦੇ ਇੱਕ ਕੰਪਲੇਂਟ ਮੂਵ ਕਰ ਦੇ ਚਲੋ ਜੋ ਵੀ ਕਰਨਾ ਸੀ ਉਹਨੇ ਕੀਤਾ ਜਦੋਂ ਉਹਨੇ ਕੰਪਲੇਂਟ ਮੂਵ ਕੀਤੀ ਜਦੋਂ ਦੂਸਰੇ ਜਿਹੜਾ ਪਹਿਲਾ ਘਰ ਵਾਲਾ ਸੀ ਉਹਨੂੰ ਵੀ ਨਾਲ ਬੁਲਾਇਆ ਮੈਂ ਕਿਹਾ ਉਹਨੂੰ ਨਾਲ ਰੱਖੀਂ ਜ਼ਰੂਰ ਆਪਣੇ ਥਾਣੇ 'ਚ ਉਹਦੇ ਵੀ ਬਿਆਨ ਲਖਵਾ ਥਾਣੇ 'ਚ ਜਦੋਂ ਬੰਦਾ ਬਿਆਨ ਦੇਣ ਆਇਆ ਉਦੋਂ ਕੀ ਹੋਇਆ ਕਿ ਉਹਨੇ ਬੰਦੇ ਨੇ ਦੱਸਿਆ ਕਿ ਮੇਰੇ ਨਾਲ ਉਹਦਾ ਤੀਜਾ ਵਿਆਹ ਸੀ ਜਿਹੜਾ ਮੇਰੇ ਕੋਲੇ client ਆਇਆ ਉਹਦੇ ਨਾਲ ਉਹਦਾ ਚੌਥਾ ਵਿਆਹ ਸੀ ਉਹ ਪਹਿਲਾਂ ਵੀ ਲੇਡੀ ਦੋ ਹੋਰ ਵਿਆਹ ਕਰਵਾ ਚੁੱਕੀ ਸੀ ਮੰਨ ਲਓ ਜਿਹੜਾ ਮੇਰੇ ਕੋਲੇ ਬੰਦਾ ਆਇਆ ਸੀ 1.5 ਸਾਲ ਪਹਿਲਾਂ ਉਹਦੇ ਨਾਲ ਉਹਦਾ ਚੌਥਾ ਵਿਆਹ ਸੀ ਫਿਰ ਮੈਂ ਉਹਨੂੰ ਸਲਾਹ ਦਿੱਤੀ ਕਿ ਜਿੰਨੇ ਵੀ ਬੰਦੇ ਨੇ ਉਹਦੇ ਉਹ ਪੁਰਾਣੇ ਘਰ ਵਾਲੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਸਾਰਿਆਂ ਤੋਂ ਸਟੋਰੀ ਪਤਾ ਕਰ ਵੀ ਉਹਨਾਂ ਦੇ ਨਾਲ ਛੜਛੜਈਆ ਕਿਉਂ ਆਇਆ ਉਹਨੇ ਪੁਰਾਣੇ ਬੰਦੇ ਸਾਰੇ ਇਕੱਠੇ ਕਰ ਲਏ ਸਾਰਿਆਂ ਦੇ ਨਾਲ ਕਹਾਣੀ ਸੇਮ ਸਾਰਿਆਂ ਦੇ ਨਾਲ ਹੀ ਉਹ ਲੇਡੀ ਗਾਲੀ ਗਲੋਚ ਕਰਦੀ ਸੀ ਤੰਗ ਪਰੇਸ਼ਾਨ ਕਰਦੀ ਸੀ ਜਾਣ ਬੁਝ ਕੇ ਪਰੇਸ਼ਾਨ ਕਰਨਾ ਔਰ ਪੈਸੇ ਲੈ ਕੇ ਖੜਾ ਚੜਾ ਕੇ ਸਾਈਡ ਤੇ ਹੋ ਜਾਣਾ ਤੇ ਚਲੋ ਜੋ ਲੀਗਲ ਕਾਰਵਾਈ ਸੀਗੀ ਜੀ ਉਹ ਚੱਲ ਪਈ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਸਟਾਰਟ ਕੀਤੀ ਕੇਸ 'ਚ ਹੋਇਆ ਕਿ ਜਿਹੜੇ ਕੁੜੀ ਦੇ ਮਾਪੇ ਬਣੇ ਹੋਏ ਸੀ ਅਸਲ 'ਚੋਂ ਮਾਪੇ ਹੈ ਹੀ ਨਹੀਂ ਸੀ ਜਿਹੜੀ ਵਿਚੋਲਣ ਸੀ ਉਹਨੇ ਵੀ ਆਪਣਾ ਕੋਈ ਕੁੜੀ ਨਾਲ ਰਿਸ਼ਤਾ ਦੱਸਿਆ ਸੀ ਅਸਲ 'ਚੋਂ ਰਿਸ਼ਤਾ ਵੀ ਹੈ ਨਹੀਂ ਸੀ ਜਿਹੜਾ ਗਰੰਥੀ ਸੀ ਜਿਹਨੇ ਆਨੰਦ ਕਾਰਜ ਕਰਵਾਏ ਉਹ ਵੀ ਉਹਨਾਂ ਦੇ ਗੈਂਗ ਦੇ ਵਿੱਚ ਸ਼ਾਮਲ ਇੱਕ ਪੁਲਿਸ ਕਰਮਚਾਰੀ ਵੀ ਵਿੱਚ ਉਸੇ ਕੇਸ ਦੇ ਵਿੱਚ ਇਨਵੋਲ तकरीबन तकरीबन 11 12 ਜਣਿਆਂ ਦਾ ਇੱਕ ਗਰੁੱਪ ਸੀਗਾ ਜਿਹੜੇ ਵਿਆਹ ਕਰਵਾਉਂਦੇ ਸੀ ਵਿਆਹ ਕਰਵਾ ਕੇ ਲੜਾਈ ਝਗੜਾ ਕਰਨਾ ਪੈਸੇ ਲੈ ਕੇ ਛੜਛੜਾਈਆ ਕਰਵਾ ਲੈਣਾ ਫਿਰ ਅਗਲੀ ਜਗ੍ਹਾ ਤੇ ਵਿਆਹ ਕਰਾ ਲੈਣਾ ਤਾਂ ਚਲੋ ਉਹ ਬੰਦੇ ਨੇ ਹਿੰਮਤ ਰੱਖੀ ਉਹਦੀ ਮਤਲਬ ਮੈਂ ਉਹਨੂੰ ਬੜੀ ਬਾਰੀ ਉਹਨੂੰ ਇਸ ਚੀਜ਼ ਦਾ ਇੱਕ ਤਰ੍ਹਾਂ ਨਾਲ ਸ਼ਾਬਾਸ਼ ਦਿੰਦੀ ਕਿ ਯਾਰ ਤੇਰਾ ਹੌਸਲਾ ਜਿਹੜਾ ਤੂੰ ਪੁਲਿਸ ਕੋਲੇ ਭੱਜ ਕੇ ਇੰਨੀ ਖੱਜਲਖਰੀ ਵਿਚਾਰੇ ਨੇ ਸਹੀ ਹੈ ਇੰਨੀ ਜਗ੍ਹਾ ਤੇ ਧੱਕੇ ਖਾ ਖਾ ਕੇ ਉਹਨੇ ਉਹ ਸਾਰੇ 11 12 ਜਾਣਾ ਤੇ ਪਰਚਾ ਕਰਵਾਤਾ ਚਲੋ ਉਹ ਬੰਦੇ ਦੀ ਸ਼ਿੱਦਤ ਨਾਲ ਮਿਹਨਤ ਨਾਲ ਉਹਨੇ ਕੰਮ ਕੀਤਾ ਤਾਂ ਉਹ ਕਾਮਯਾਬ ਹੋਇਆ ਤੇ ਮੈਂ ਤੁਹਾਡੇ ਨਾਲ ਹੀ ਸਟੋਰੀ ਇਸਲੀ ਡਿਸਕਸ ਕਰਦਾ ਕਿ ਤੁਹਾਡੀ ਫੈਮਿਲੀ ਦੇ ਵਿੱਚ ਜੇ ਕਦੇ ਵੀ ਕੋਈ ਨਵਾਂ ਰਿਸ਼ਤਾ ਹੋ ਰਿਹਾ ਤਾਂ ਥੋੜੇ ਜੇ ਚੀਜ਼ਾਂ ਦੇ ਲਈ ਚੁਕੰਨੇ ਜ਼ਰੂਰ ਹੋ ਜੋ ਅੱਖਾਂ ਬੰਦ ਕਰਕੇ ਔਰ ਦਿਮਾਗ ਬੰਦ ਕਰਕੇ ਕਿਸੇ ਤੇ ਭਰੋਸਾ ਨਾ ਕਰੋ ਜੇ ਕੋ ਕਹਿ ਰਿਹਾ ਕਿ ਜੀ ਪਹਿਲੇ ਵਾਲੇ ਦੀ ਡੈਥ ਹੋ ਗਈ ਜਾਂ ਪਹਿਲੇ ਵਾਲੇ ਨਾਲ ਛੜਛਡਈਆ ਹੋ ਗਿਆ ਤਾਂ ਪਤਾ ਜ਼ਰੂਰ ਕਰ ਲਿਓ ਕਿ ਪਹਿਲਾ ਵਾਲੇ ਨਾਲ ਛੜਛਡਈਆ ਕਿਉਂ ਹੋਇਆ ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਦੇਖਦੇ ਆਂ ਈਵਨ ਕਈ ਹਾਈ ਕੋਰਟਸ ਆ ਸੁਪਰੀਮ ਕੋਰਟਸ ਵੀ ਕਈ ਡਿਸਟ੍ਰਿਕਟ ਕੋਰਟਾਂ ਵੀ ਮੰਨਦੀਆਂ ਨੇ ਕਿ ਜਿਹੜੇ 498ਏ ਦੇ ਪਰਚੇ ਨੇ ਉਹ ਤਕਰੀਬਨ ਤਕਰੀਬਨ 90% ਫੇਕ ਕੇਸਿਸ ਹੀ ਹੁੰਦੇ ਨੇ ਮਤਲਬ ਅਸੀਂ 90% ਤਾਂ ਮੰਨਦੇ ਨੇ ਪਰ ਮੇਰੇ ਹਿਸਾਬ ਦੇ ਨਾਲ 98% ਫੇਕ ਕੇਸਿਸ ਹੀ ਨੇ 498ਏ ਦੇ ਉਹ ਦਾਜ ਦਿਹੇਜ ਵਾਲੇ ਜਿਹੜੇ ਕੇਸਿਸ ਹੁੰਦੇ ਨੇ ਤਕਰੀਬਨ 98 99% ਫੇਕ ਹੀ ਨੇ ਜਿਹੜੀਆਂ ਫੇਕ ਸਟੋਰੀਜ਼ ਕ੍ਰੀਏਟ ਕਰਕੇ ਕੁੜੀਆਂ ਵੱਲੋਂ ਮੁੰਡਿਆਂ ਨੂੰ ਵੀ ਫਸਾਇਆ ਜਾਂਦਾ ਔਰ ਮੁੰਡੇ ਦੀ ਸਾਰੀ ਫੈਮਿਲੀ ਨੂੰ ਫਸਾਇਆ ਜਾਂਦਾ ਫੈਮਿਲੀ ਦੇ ਵਿੱਚ ਮੁੰਡਾ ਖੁਦ ਉਹਦੇ ਮਾਪੇ ਇਵਨ ਉਹਦੀ ਭੈਣ ਵੀ ਜੇ ਉਹਦੀ ਭੈਣ ਵਿਆਹੀ ਹੋਈ ਆ ਕਿਤੇ ਮੰਨ ਲਓ ਇੱਥੋਂ 100 200 ਕਿਲੋਮੀਟਰ ਦੂਰੀ 500 ਕਿਲੋਮੀਟਰ ਦੂਰ ਵੀ ਤਾਂ ਭੈਣ ਨੂੰ ਵੀ ਔਰ ਜਵਾਈ ਨੂੰ ਵੀ ਵਿੱਚੇ ਫਸਾ ਲੈਂਦੀਆਂ ਨੇ ਤਾਂ ਜੇ ਆਉਣ ਵਾਲੇ ਸਮੇਂ 'ਚ ਤੁਸੀਂ ਕਿਸੇ ਨਾਲ ਰਿਸ਼ਤਾ ਜੋੜਨਾ ਜਾਂ ਜੁੜ ਰਿਹਾ ਉਦੇ ਬਾਰੇ ਚੰਗੀ ਤਰ੍ਹਾਂ ਇਨਕੁਆਇਰੀ ਜ਼ਰੂਰ ਕਰਾ ਲਿਓ ਫਿਊਚਰ ਦੇ ਵਿੱਚ ਫਸੋਗੇ ਨਹੀਂ ਤਾਂ ਬਹੁਤ ਬੁਰੇ ਤਰੀਕੇ ਨਾਲ ਕਿਉਂਕਿ 498 ए ਦਾ ਜੇ ਇੱਕ ਵਾਰੀ ਪਰਚਾ ਪੈ ਜਾਵੇ ਉਹ ਤੋਂ ਖੜਾ ਛਡਾਉਣਾ ਬਹੁਤ ਜ਼ਿਆਦਾ ਔਖਾ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਇਹਨੂੰ ਸਟੋਰੀ ਨੂੰ ਧਿਆਨ ਚ ਰੱਖਿਓ ਔਰ ਆਪਣਾ ਵੀ ਧਿਆਨ ਰੱਖਿਓ ਔਰ ਆਪਣੇ ਰਿਸ਼ਤੇਦਾਰਾਂ ਦਾ ਵੀ ਧਿਆਨ ਰੱਖਿਓ ਅੱਜ ਮੈਂ ਤੁਹਾਡੇ ਨਾਲ ਇੱਕ ਰੀਅਲ ਇਨਸੀਡੈਂਟ ਡਿਸਕਸ ਕਰਨਾ ਬਹੁਤ ਇੰਪੋਰਟੈਂਟ ਹੈ ਇੰਟਰਸਟਿੰਗ ਵੀ ਹੈ ਸ਼ਾਇਦ ਕਾਫੀ ਜਣਾਂ ਨੂੰ ਫਨੀ ਲੱਗੂਗਾ ਪਰ ਇਹ ਫਨੀ ਨਹੀਂ ਹੈ ਜੀ ਬਹੁਤ ਜ਼ਿਆਦਾ ਸੀਰੀਅਸ ਮਸਲਾ ਹੈ ਜਿਹੜਾ ਆਪਣੇ ਸਾਰਿਆਂ ਦੇ ਲਈ ਫਾਇਦੇਮੰਦ ਹੋਊਗਾ ਇੰਪੋਰਟੈਂਟ ਮੈਸੇਜ ਹੈ ਇੱਕ ਛੋਟੀ ਜੀ ਕਹਾਣੀ ਦੇ ਵਿੱਚ ਤਕਰੀਬਨ ਸਵਾ ਸਾਲ ਡੇਢ ਸਾਲ ਪਹਿਲਾਂ ਮੇਰੇ ਕੋਲੇ ਕੋਈ ਬੰਦਾ ਆਇਆ ਆਪਣੇ ਮਸਲੇ ਨੂੰ ਲੈ ਕੇ ਕਿ ਮੇਰੇ ਵਿਆਹ ਨੂੰ ਤਿੰਨ ਚਾਰ ਕੁ ਮਹੀਨੇ ਹੋਏ ਨੇ ਬੰਦਾ ਕਹਿੰਦਾ ਪਰ ਜਿਹੜੀ ਉਹਦੀ ਘਰ ਵਾਲੀ ਸੀ ਉਹਦਾ ਬਿਹੇਵੀਅਰ ਬਹੁਤ ਜ਼ਿਆਦਾ ਮਾੜਾ ਸੀ ਕਹਿੰਦਾ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੀ ਹੈ ਜਦ ਵੀ ਕਿਤੇ ਮੈਂ ਲੇਟ ਆਉਣਾ ਜਾ ਜਿਵੇਂ ਕਿਤੇ ਕੰਮ ਤੋਂ ਬਾਹਰੋਂ ਆਉਣਾ ਤਾਂ ਮੇਰੇ ਤੇ ਸ਼ੱਕ ਕਰਦੀ ਹੈ ਕਿ ਤੂੰ ਕਿਸੇ ਹੋਰ ਨੂੰ ਮਿਲਣ ਗਿਆ ਸੀ ਕਿਸੇ ਕੁੜੀ ਨਾਲ ਤੇਰਾ ਚੱਕਰ ਹੈ ਤੇ ਮੈਂ ਕੁਝ ਜ਼ਹਿਰ ਖਾ ਕੇ ਮਰ ਜੂੰਗੀ ਤੈਨੂੰ ਵੀ ਫਸਾਉਂਗੀ ਤੇ ਤੇਰੀ ਮਦਰ ਨੂੰ ਵੀ ਫਸਾ ਦੂੰਗੀ ਕਹਿੰਦਾ ਮੈਨੂੰ ਡਰ ਲੱਗਦਾ ਹੈ ਕਿ ਕਿਤੇ ਮੇਰੇ ਤੇ ਕੋਈ ਝੂਠਾ ਪਰਚਾ ਕਰਾ ਕੇ ਮੈਨੂੰ ਜੇਲ੍ਹ ਨਾ ਭੇਜ ਦੇਵੇ ਮੈਂ ਕੀ ਕਰਾਂ ਆਪਣੇ ਬਚਾ ਲਈ ਤਾਂ ਮੈਂ ਐਜ਼ ਅ ਵਕੀਲ ਜੋ ਨੂੰ ਇੱਕ ਲੀਗਲ ਸਲਾਹ ਦੇ ਸਕਦਾ ਸੀ ਕੁਝ ਦੋ ਚਾਰ ਚੀਜ਼ਾਂ ਉਹਨੂੰ ਮੈਂ ਦੱਸੀਆਂ ਤੂੰ ਸੁਣ ਕੇ ਚਲਾ ਗਿਆ ਕਿ ਠੀਕ ਹੈ ਜੀ ਮੈਂ ਤਾਂ ਫੋਲੋ ਕਰੂੰਗਾ ਇਸ ਚੀਜ਼ ਨੂੰ ਪਰ ਤਕਰੀਬਨ ਇਸ ਗੱਲ ਤੋਂ ਤਕਰੀਬਨ 1.2 ਮਹੀਨੇ ਬਾਅਦ ਉਹ ਮੇਰੇ ਕੋਲ ਫੇਰ ਆਇਆ ਦੋ ਕੁ ਮਹੀਨੇ ਬਾਅਦ ਆ ਕੇ ਮੈਨੂੰ ਨੇ ਕਿਹਾ ਕਿ ਮਸਲਾ ਸਰ ਕੋਈ ਹੋਰ ਹੀ ਨਿਕਲ ਆਇਆ ਵਿੱਚੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕੀ ਹੋਇਆ ਬੈਠ ਕੇ ਫਿਰ ਉਹਨੇ ਕਹਾਣੀ ਦੱਸੀ ਕਹਿੰਦਾ ਮੇਰੇ ਮੇਰਾ ਜਿਹੜਾ ਵਿਆਹ ਹੋਇਆ ਸੀ ਕੁੜੀ ਨਾਲ ਉਹਦੇ ਨਾਲ ਮੇਰਾ ਦੂਜਾ ਵਿਆਹ ਸੀ ਉਹ ਕੁੜੀ ਨੇ ਮੈਨੂੰ ਪਹਿਲਾਂ ਦੱਸਿਆ ਸੀਗਾ ਕਿ ਜਿਹੜਾ ਉਹਦਾ ਪਹਿਲਾ ਘਰ ਵਾਲਾ ਸੀ ਉਹਦੀ ਡੈਥ ਹੋ ਗਈ ਸੀ ਹਫਤੇਕ ਵਿਆਹ ਤੋਂ ਹਫਤੇਕ ਬਾਅਦ ਉਹਦੀ ਮੁੰਡੇ ਦੀ ਡੈਥ ਹੋ ਗਈ ਤੇ ਉਹ ਕੁੜੀ ਦਾ ਦੂਜਾ ਵਿਆਹ ਸੀ ਪਰ ਮੁੰਡੇ ਦਾ ਉਹ ਪਹਿਲਾ ਹੀ ਵਿਆਹ ਸੀਗਾ ਮੁੰਡਾ ਕਹਿੰਦਾ ਮੈਨੂੰ ਕੋਈ ਇਸ਼ੂ ਨਹੀਂ ਸੀਗਾ ਇਸ ਚੀਜ਼ ਨਾਲ ਕਿ ਚਲੋ ਕੋਈ ਗੱਲ ਨਹੀਂ ਪਰਮਾਤਮਾ ਨੂੰ ਜੋ ਮਨਜ਼ੂਰ ਘਰ ਵਾਲੇ ਦੀ ਡੈਥ ਹੋ ਗਈ ਤੇ ਕੋਈ ਚੱਕਰ ਨਹੀਂ ਅਸੀਂ ਕਹਿੰਦਾ ਦੋਨਾਂ ਜਣਾਂ ਨੇ ਵਿਆਹ ਕਰਵਾ ਲਿਆ ਫੈਮਲੀ ਦੀ ਮਰਜ਼ੀ ਦੇ ਨਾਲ ਮੈਨੂੰ ਕਹਿੰਦਾ ਵਿਆਹ ਦੇ ਵਿੱਚ ਕੁਝ ਘਰ ਦਾ ਜੋ ਫਰਨੀਚਰ ਦਾ ਸਮਾਨ ਸੀ ਉਹ ਵੀ ਆਇਆ ਇੱਕ ਮੋਟਰਸਾਈਕਲ ਵੀ ਆਇਆ ਬਾਈਕ ਸੀਗਾ ਉਹਦੇ ਕੋਲ ਕਹਿੰਦਾ ਉਹ ਵੀ ਆਇਆ ਪਰ ਉਹ ਮੋਟਰਸਾਈਕਲ ਪਹਿਲਾਂ ਵਾਲੇ ਘਰ ਵਾਲਿਆਂ ਨੇ ਉਹਨਾਂ ਨੇ ਦਿੱਤਾ ਸੀ ਤੇ ਜਦੋਂ ਪਹਿਲਾਂ ਵਾਲੇ ਘਰ ਵਾਲੇ ਦੀ ਡੈਥ ਹੋ ਗਈ ਉਹ ਸਾਰੀ ਫੈਮਲੀ ਤੋਂ ਇਹਨਾਂ ਸਮਾਨ ਸਮੋਣ ਵੀ ਚੱਕ ਲਈ ਕੁੜੀ ਤੇ ਉੱਥੋਂ ਸਾਰਾ ਰਿਲੇਸ਼ਨ ਉਹਨੇ ਖਤਮ ਕਰਤਾ ਤੇ ਸਾਰਾ ਸਮਾਨ ਵੀ ਕ ਉਹੀ ਪਹਿਲਾਂ ਵਾਲਾ ਸਮਾਨ ਮੈਨੂੰ ਦੇਤਾ ਹੋਰੇ ਕਹਿੰਦਾ ਸ ਇੱਕ ਦਿਨ ਸਾਡੇ ਕੁਝ ਰਿਸ਼ਤੇਦਾਰ ਘਰੇ ਆਏ ਸਾਡੇ ਦੂਰ ਦੇ ਕੋਈ ਰਿਸ਼ਤੇਦਾਰ ਸੀਗੇ ਕਹਿੰਦਾ ਉਹ ਰਿਸ਼ਤੇਦਾਰਾਂ ਨੇ ਮੋਟਰਸਾਈਕਲ ਨੂੰ ਦੇਖ ਕੇ ਕਿਹਾ ਕਿ ਇਹ ਜਿਹੜਾ ਮੋਟਰਸਾਈਕਲ ਹੈ ਅਸੀਂ ਫਲਾਣੇ ਪਿੰਡ ਕਿਸੇ ਫਲਾਣੇ ਬੰਦੇ ਦੇ ਕੋਲ ਦੇਖਿਆ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਉਹ ਬੰਦੇ ਦੀ ਡੈਥ ਹੋ ਗਈ ਤੇ ਜਿਹੜੀ ਉਹਦੀ ਘਰਵਾਲੀ ਸੀਗੀ ਵਿਧਵਾ ਹੋਈ ਤੇ ਉਹਨੇ ਹੁਣ ਮੇਰੇ ਨਾਲ ਵਿਆਹ ਕਰਵਾ ਲਿਆ ਤਾਂ ਉਹ ਸਮਾਨ ਵੀ ਸਾਰਾ ਮੇਰੇ ਕੋਲ ਲਿਆਈ ਤਾਂ ਕਹਿੰਦਾ ਕਹਿੰਦਾ ਰਿਸ਼ਤੇਦਾਰ ਬੜੇ ਹੈਰਾਨ ਹੋਏ ਉਹਨਾਂ ਨੇ ਕਿਹਾ ਕਿ ਨਹੀਂ ਉਹ ਬੰਦਾ ਮਰਿਆ ਨਹੀਂ ਉਹ ਬੰਦਾ ਜਿਉਂਦਾ ਹੈ ਉਹ ਤਾਂ ਐਡ ਪ੍ਰੈਜ਼ੈਂਟ ਜੌਬ ਕਰਦਾ ਹੈ ਕਹਿੰਦਾ ਮੈਨੂੰ ਬੜੀ ਹੈਰਾਨੀ ਹੋਈ ਇਹ ਚੀਜ਼ ਸੁਣ ਕੇ ਵੀ ਇਹ ਕੀ ਗੱਲ ਬਣੀ ਕਹਿੰਦਾ ਮੈਂ ਜਿਹੜਾ ਪਿੰਡ ਉਹਨਾਂ ਨੇ ਦੱਸਿਆ ਸੀਗਾ ਕਿ ਫਲਾਣੇ ਜਗ੍ਹਾ ਦਾ ਇਹ ਬੰਦਾ ਕਹਿੰਦਾ ਮੈਂ ਪਿੰਡ ਗਿਆ ਪਤਾ ਕੀਤਾ ਤਦ ਵਾਕਈ ਬੰਦਾ ਕਹਿੰਦਾ ਜਿਉਂਦਾ ਉਹ ਉਹ ਬੰਦੇ ਨੂੰ ਕਹਿੰਦਾ ਮੈਂ ਮਿਲਿਆ ਉਹਨੂੰ ਮੈਂ ਬੰਦੇ ਨੂੰ ਮਿਲ ਕੇ ਪੁੱਛਿਆ ਕਿ ਤੇਰਾ ਪਹਿਲਾ ਵਿਆਹ ਹੋਇਆ ਸੀ ਕਹਿੰਦਾ ਉਹਨੇ ਸਾਰੀ ਸਟੋਰੀ ਮੈਨੂੰ ਦੱਸੀ ਜੋ ਕਹਿੰਦਾ ਮੇਰੇ ਨਾਲ ਵਾਪਰ ਰਿਹਾ ਪਿਛਲੇ 3-4 ਮਹੀਨੇ ਤੋਂ ਮੇਰੇ ਨਾਲ ਗਾਲੀ-ਗਲੋਚ ਹੋ ਰਿਆ ਇਹੀ ਸੇਮ ਚੀਜ਼ ਉਹ ਬੰਦੇ ਨਾਲ ਵੀ ਹੋਈ ਸੀ ਤੇ ਉਹ ਬੰਦੇ ਨੇ ਆਪ ਦਾ ਖਿਹੜਾ ਛਡਵਾਇਆ ਸੀ ਇਸ ਲੇਡੀ ਨੂੰ 7 ਪਤਨੀ 8 ਲੱਖ ਰੁਪਇਆ ਕੁਝ ਦੇ ਕੇ ਸਮਝੌਤਾ ਕਰਕੇ ਛੜਛਡਈਆ ਕਰਵਾ ਲਿਆ ਪਰ ਕਹਿੰਦਾ ਮੈਨੂੰ ਇਹਨੇ ਦੱਸਿਆ ਕਿ ਪਹਿਲੇ ਘਰ ਵਾਲਾ ਮਰ ਗਿਆ ਕਹਿੰਦਾ ਹੁਣ ਮੈਂ